ਤਾਂ ਰਾਹ ਮਿਲਿਆ ਉੱਥੋਂ ਸੋਨੀਪਤ, ਸੋਨੀਪਤ ਤੋਂ ਲੈਫਟ ਲੈ ਲਓ ਬਾਗਪਤ ਰੋਡ, ਬਾਗਪਤ ਰੋਡ ਤੋਂ ਸਹਾਰਨਪੁਰ ਰੋਡ, ਸਹਾਰਨਪੁਰ ਰੋਡ ਤੋਂ ਵਜ਼ੀਰਾਬਾਦ, ਫਿਰ ਪਿੱਛੋਂ ਦੀ ਜਮਣਾ ਕ੍ਰੋਸ ਕਰੋ, ਕਿਉਂਕਿ ਉਦੋਂ ਤੱਕ ਅਸੀਂ ਐਕਚੁਅਲੀ ਜਾਣਾ ਸੀ ਕਰਨਾਲ ਜਿਹੜਾ ਉਹ ਬਾਈਪਾਸ ਬਾਈਪਾਸ ਤੇ, ਕਿਉਂਕਿ ਉੱਥੋਂ ਅਸੀਂ ਜੁਆਇਨ ਕਰਨਾ ਸੀ। ਉਦੋਂ ਤੱਕ ਸਾਰੀ ਸੰਗਤ ਤਾਂ ਹੌਲੀ ਹੌਲੀ ਪਹੁੰਚੇ ਨਾ, ਕਿਉਂਕਿ ਅੱਗੇ ਵੱਧ ਰਹੀ ਸੀ ਵੀ ਉੱਥੇ ਜੁਆਇਨ ਕਰੀਏ। ਉਦੋਂ ਤੱਕ ਜਾਂਦੇ ਜਾਂਦੇ ਇਨਫੈਕਟ ਤੁਹਾਡੀ ਉਹ ਇੰਟਰਵਿਊ ਸੁਣੀ ਵੀ ਭਨੇਰ ਸਾਹਿਬ ਨੇ ਵੀ, ਮਨਜੀਤ ਰਾਏ ਨੇ ਵੀ, ਉੱਥੇ ਲੋਕਾਂ ਚ ਵੀ ਵਾਹਵਾ ਕੁਛ ਹੋਇਆ ਉਦੇ। ਉਹ ਤੁਸੀਂ ਜਿਹੜਾ ਸਾਰੀ ਇੰਟਰਵਿਊ ਵੀ ਲਾਲ ਕਿਲੇ ਦੀ ਕਾਲ ਦੇ ਦਿੱਤੀ ਗਈ ਆ। ਫਿਰ ਅਸੀਂ ਕਰਨਾਲ ਬਾਈਪਾਸ ਵਾਲਾ ਜਿਹੜਾ ਰਸਤਾ ਡ੍ਰੌਪ ਕਰਕੇ ਫਿਰ ਅਸੀਂ ਵਜ਼ੀਰਾਬਾਦ ਨੂੰ ਹੋਏ। ਵਜ਼ੀਰਾਬਾਦ ਤੋਂ ਅਸੀਂ ਜਮਣਾ ਕ੍ਰੋਸ ਕਰਕੇ ਲਾਲ ਕਿਲੇ ਦੇ ਪਿੱਛੇ ਨਿਕਲੇ 2 ਵਜੇ। ਜਦੋਂ 2 ਵਜੇ ਉੱਥੇ ਮੈਂ ਪਹੁੰਚਿਆ ਉਦੋਂ ਤੱਕ ਤਾਂ ਹਜ਼ਾਰਾਂ ਲੋਕ ਸੀ ਉੱਥੇ। ਹੁਣ ਉਹ ਜਿਹੜੀ ਰੋਡ ਆ ਲਾਲ ਕਿਲੇ ਦੀ, ਉਹਦੇ ਤੇ ਕੋਈ ਕਾਰ ਨਹੀਂ ਜਾਂਦੀ ਕਿਉਂਕਿ ਉਹ ਪੂਰੀ ਬਲੌਕ ਸੀ ਹਨਾ, ਉਹ ਵਹੀਕਲਸ ਨਾਲ ਹੀ ਬਲੌਕ ਸੀ, ਟਰੈਕਟਰੀ ਟਰੈਕਟਰ ਤੇ ਹੋਰ ਜਿਹੜੀਆਂ ਕਾਰਾਂ ਤੇ ਬੰਦੇ ਆਪਣੇ ਤੇ। ਅਸੀਂ ਮੈਂ ਉੱਥੋਂ ਤੁਰ ਕੇ ਗਿਆ, ਜਾਂਦੇ ਜਾਂਦੇ ਨਿਸ਼ਾਨ ਸਾਹਿਬ ਵੀ ਕਿਸੇ ਬੰਦੇ ਤੋਂ ਫੜਿਆ, ਕਿਉਂਕਿ ਇੱਕ ਹੋਰ ਗੱਲ ਆ ਜਿਸ ਤਰ੍ਹਾਂ ਪ੍ਰੈਜੈਂਟ ਕੀਤੀ ਗਈ ਨਾ ਗੱਲ ਵੀ ਰਿਲੀਜੀਅਸ ਫਲੈਗ ਆ ਜੀ, ਇਹ ਤਾਂ ਧਾਰਮਿਕ ਗੱਲ ਹੋ ਗਈ। ਨਹੀਂ, ਸਾਡੀ ਐਜੂਟੇਸ਼ਨ ਹੀ ਅਸੀਂ ਨਿਸ਼ਾਨ ਸਾਹਿਬ, ਕਿਸਾਨੀ ਝੰਡਾ ਤੇ ਤਿਰੰਗਾ, 3 ਝੰਡਿਆਂ ਦੇ ਥੱਲੇ ਐਜੂਟੇਸ਼ਨ ਲੜੀ ਜਾ ਰਹੀ ਸੀ। ਜਿਹੜੇ ਹਰਿਆਣੇ ਵਾਲੇ ਸੀ ਉਹ ਤਿਰੰਗਾ ਲੈ ਕੇ ਫਿਰਦੇ ਸੀ, ਆਪਣੇ ਪੰਜਾਬ ਤੋਂ ਮੋਸਟਲੀ ਨਿਸ਼ਾਨ ਸਾਹਿਬ ਆਪਣੇ ਤੰਬੂਆਂ ਤੇ ਲੱਗੇ ਹੁੰਦੇ ਸੀ ਹਨਾ, ਤੇ ਜਿਹੜੇ ਆਪਣੇ ਮੋਰਚੇ ਦੇ ਜਿਹੜੇ ਆਪਣੇ ਮੈਂਬਰ ਆ ਕਿਸਾਨ ਯੂਨੀਅਨ ਦੇ, ਉਹਨਾਂ ਕੋਲੇ ਨਿਸ਼ਾਨ ਸਾਹਿਬ ਵੀ ਤੇ ਉਹਨਾਂ ਕੋਲੇ ਕਿਸਾਨ ਸੰਯੁਕਤ ਕਿਸਾਨ ਮੋਰਚੇ ਦਾ ਝੰਡਾ ਵੀ ਹੈ, 3 ਝੰਡਿਆਂ ਦੇ ਥੱਲੇ, ਤੇ 3 ਝੰਡੇ ਤੁਹਾਨੂੰ ਉੱਥੇ ਦਿਸ ਰਹੇ ਆ। ਫਿਰ ਰਿਲੀਜੀਅਸ ਕਿੱਥੋਂ ਗੱਲ ਹੋ ਗਈ? ਫਿਰ ਜੇ ਆਪਾਂ ਜੇ ਸਾਡੀ ਤੁਸੀਂ ਇਹ ਕਹਿ ਲਓ ਵੀ ਕੋਈ ਵੀ ਸੈਰੇਮਨੀ ਹੁੰਦੀ ਆ, ਬੋਲੇ ਸੌ ਨਿਹਾਲ ਸਤਿ ਸ੍ਰੀ ਅਕਾਲ, ਝੂਲ ਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਦੇ, ਇਹ ਤੋਂ ਕਿੱਥੋਂ ਮੁਨਕਰ ਹੋ ਜਾਵਾਂਗੇ ਅਸੀਂ? ਇਹ ਤੋਂ ਤਾਂ ਨਹੀਂ ਬੱਚੇ ਹੱਸ ਕਹਿੰਦੇ ਹੋ ਕਿ ਤੁਸੀਂ ਕੁਝ ਗਲਤ ਨਹੀਂ ਕੀਤਾ? ਬਿਲਕੁਲ ਵੀ ਨਹੀਂ, ਅੱਜ ਵੀ ਮੈਂ ਕੋਈ ਰਿਗਰੈਟ ਹੈ ਤੁਹਾਨੂੰ? ਨਹੀਂ, ਕੋਈ ਰਿਗਰੈਟ ਨਹੀਂ ਬਾਈ। ਹੁਣ ਤੁਸੀਂ ਇਹ ਦੇਖੋ, ਤੁਹਾਨੂੰ ਲੱਗਦਾ ਹੈ ਕਿ ਉੱਥੇ ਨਿਸ਼ਾਨ ਸਾਹਿਬ ਨਹੀਂ ਚਲਾਉਣਾ ਚਾਹੀਦਾ ਸੀ ਤੁਹਾਨੂੰ? ਨਹੀਂ ਨਹੀਂ ਨਹੀਂ, ਦੇਖੋ ਇਹੀ ਗੱਲ ਮੈਂ ਤੁਹਾਨੂੰ ਦੱਸਦਾ, ਨਿਸ਼ਾਨ ਸਾਹਿਬ ਅਸੀਂ ਉਸ ਦੇਸ਼ ਚ ਰਹਿ ਰਹੇ ਹਾਂ ਜਿੱਥੇ ਇਹ ਕਹਿੰਦੇ ਆ ਦੈਟ ਯੂਨਿਟੀ ਇਨ ਡਾਇਵਰਸਿਟੀ ਆ, ਕਹਿੰਦੇ ਆ ਨਾ, ਖਾਲੀ ਪੋਲ ਯੂਨਿਟੀ ਇਨ ਡਾਇਵਰਸਿਟੀ ਅਸੀਂ ਇਹ ਕਹਿੰਦੇ ਹਾਂ ਨਾ। ਡਾਇਵਰਸਿਟੀ ਕੀ ਆ? ਇੱਥੇ ਵੱਖ ਵੱਖ ਤਰ੍ਹਾਂ ਦੇ ਫੇਥ ਆ, ਵੱਖ ਵੱਖ ਤਰ੍ਹਾਂ ਦੇ ਕਲਚਰ ਆ, ਇਹੀ ਡਾਇਵਰਸਿਟੀ ਆ ਨਾ। ਡਾਇਵਰਸਿਟੀ ਤਾਂ ਇਹੀ ਹੁੰਦੀ ਆ ਨਾ। ਹੁਣ ਤੁਸੀਂ ਉਹਨੂੰ ਵੀ ਐਕਸੈਪਟ ਨਹੀਂ ਕਰੋਗੇ, ਟੋਲਰੇਟ ਨਹੀਂ ਮੈਂ ਕਹਿ ਰਿਹਾ, ਐਕਸੈਪਟ ਨਹੀਂ ਕਰੋਗੇ, ਉਹਨੂੰ ਕਿਸੇ ਹੋਰ ਵੇ ਚ ਤੁਸੀਂ ਰਿਪ੍ਰੈਜੈਂਟ ਕਰ ਦੋਗੇ। ਜਿੱਦਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਦਿੱਲੀ ਜਾ ਕੇ ਸ਼ੀਸ਼ ਦਿੱਤਾ, ਔਰੰਗਜ਼ੇਬ 1.25 ਮਣ ਜਨੇਹੂ ਲਾਉਂਦਾ ਹੁੰਦਾ ਸੀ ਦਿਨ ਤੇ, ਉਦਾਂ ਉਸੇ ਨਿਸ਼ਾਨ ਸਾਹਿਬ ਦੀ ਅਗਵਾਹੀ ਚ ਗਏ ਆ ਨਾ। ਉਹੀ ਨਿਸ਼ਾਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਸਾਨੂੰ ਦਿੱਤਾ ਨਾ, ਮੀਰੀ ਪੀਰੀ ਦੇ ਮਾਲਕ ਨੇ, ਉਸੇ ਅਗਵਾਹੀ ਚ ਗਏ ਆ। ਉਦੇ ਤਾਂ ਉਹ ਹਿੰਦ ਦੀ ਚਾਦਰ ਆ ਜਿੱਦਾਂ ਜਾ ਕੇ ਉਹ ਉੱਥੇ ਸੀਸ ਦਿੰਦੇ ਆ, ਤੇ ਜੇ ਅਸੀਂ ਉੱਥੇ ਨਿਸ਼ਾਨ ਸਾਹਿਬ ਕਿਸਾਨੀ ਝੰਡਾ ਤੇ ਤਿਰੰਗਾ ਪਿੱਛੇ ਲੱਗਿਆ ਹੋਇਆ ਇਹ ਗੱਲ ਸਿੰਬੋਲਿਕਲੀ ਕਰਦੇ ਆ ਤੇ ਸਾਨੂੰ ਬਦਨਾਮ ਕਰ ਦਿੱਤਾ ਜਾਂਦਾ। ਤਿਰੰਗੇ ਦਾ ਨਿਰਾਦਰ ਕਿਹਾ ਗਿਆ ਉੱਥੇ ਹੋਇਆ, ਕਿੱਥੇ ਹੋਇਆ ਦੱਸੋ ਮੈਨੂੰ ਇੱਕ ਚੀਜ਼। ਪੂਰੇ ਦੇਸ਼ ਦੇ ਮੀਡੀਆ ਨੇ ਕਿਹਾ ਕਿ ਖਾਲਿਸਤਾਨ ਦਾ ਝੰਡਾ ਲਹਿਰਾਤਾ ਤੇ ਨਿਰਾਦਰ ਹੋਇਆ ਤਿਰੰਗੇ ਦਾ। ਬਾਈ ਇਹ ਤਾਂ ਹੁਣ ਪੂਰੇ ਮੁਲਕ 'ਚ ਇਸ ਤਰ੍ਹਾਂ ਦੀ ਇੱਕ ਮੈਸੇਜ ਚਲਾ ਗਿਆ ਉਸ ਤੇ। ਤੁਸੀਂ ਇਹ ਦੇਖੋ, ਪਹਿਲੀ ਗੱਲ ਤਾਂ ਮੈਂ ਇਹ ਸਵਾਲ ਕਰਦਾ, ਜੇ ਸਰਕਾਰ ਨਾ ਚਾਹੁੰਦੀ ਤੁਹਾਨੂੰ ਲੱਗਦਾ ਸਾਡੇ ਬੰਦੇ ਦਿੱਲੀ ਚ ਐਂਟਰ ਹੋ ਸਕਦੇ ਸੀ? ਤੁਹਾਨੂੰ ਲੱਗਦਾ ਜਾਣਬੁੱਝ ਕੇ ਜਾਣ ਦਿੱਤਾ? ਐਬਸੋਲੂਟਲੀ ਜਾਣਬੁੱਝ ਕੇ ਜਾਣ ਦਿੱਤਾ, ਪਰ ਉਹਨਾਂ ਨੂੰ ਇਹ ਨਹੀਂ ਪਤਾ ਸੀ ਵੀ ਬਗਾਨੇ ਪੁੱਤ ਇੱਥੋਂ ਤਾਂ ਹੀ ਵਗ ਜਾਣਗੇ। ਇਹ ਨਹੀਂ ਪਤਾ ਸੀ ਵੀ ਗਾਂ ਜਾ ਕੇ ਇਹ ਦੇਖੋ ਕੀਤਾ ਤਾਂ ਉਹਨਾਂ ਨਾਲ ਬਹੁਤ ਬੁਰਾ ਨਾ। ਜੇ ਆਪਾਂ ਦੇਖੀਏ ਤਾਂ ਗਾਂ ਨਿਸ਼ਾਨ ਸਾਹਿਬ ਕਿਸਾਨੀ ਝੰਡਾ ਤੇ ਪਿੱਛੇ ਤਿਰੰਗਾ ਲੱਗਿਆ ਹੋਇਆ ਸਿੰਬੋਲਿਕਲੀ ਦਰਜ ਕਰਾ ਹੈ ਨਾ ਬਾਈ। ਇਸ ਐਜੂਟੇਸ਼ਨ ਨੂੰ ਇੰਟਰਨੈਸ਼ਨਲ ਸਿਗਨੀਫਿਕੈਂਸ ਮਿਲੀ ਆ ਉਸ ਦਿਨ ਤੋਂ ਬਾਅਦ? ਤੁਸੀਂ ਮੈਨੂੰ ਦੱਸੋ ਜੇ ਨਹੀਂ ਮਿਲੀ ਤਾਂ। ਵਾਇਲੈਂਸ ਹੋਈ ਉਸ ਦਿਨ? ਵਾਇਲੈਂਸ ਵਾਸ ਰੀਅਲੀ ਰੋਂਗ। ਮੈਂ ਇਸੇ ਗੱਲ 'ਚ ਤਾਂ ਤੁਸੀਂ ਮੇਰੇ ਉੱਥੇ ਵਰਡਸ ਸੁਣ ਲਓ, ਇੱਕ ਮੈਂ ਇੰਟਰਵਿਊ ਦਿੱਤੀ, ਮੈਂ ਇਹ ਗੱਲ ਕਹੀ ਅਸੀਂ ਪੀਸਫੁਲ ਹਾਂ, ਸਾਡਾ ਡੈਮੋਕਰੇਟਿਕ ਰਾਈਟ ਆ ਪੀਸਫੁਲ ਪ੍ਰੋਟੈਸਟ ਕਰਨਾ। ਉਦੋਂ ਬਾਅਦ ਟਰੈਕਟਰ ਤੇ ਖੜ ਕੇ ਮੈਂ ਸਪੀਚ ਦਿੱਤੀ, ਉੱਥੇ ਵੀ ਇਹ ਕਹੀ ਅਸੀਂ ਸਾਡੇ ਆਗੂਆਂ ਦੀ ਅਗਵਾਹੀ 'ਚ ਹਾਂ, ਅਸੀਂ ਹਿੰਸਕ ਨਹੀਂ ਆ, ਸਾਡੇ ਮਨਾਂ 'ਚ ਹਿੰਸਾ ਹੋ ਹੀ ਨਹੀਂ ਸਕਦੀ। ਇਹ ਮੇਰੇ ਉੱਥੇ ਵਰਡਸ ਸੀ। ਜਦੋਂ 2 ਵਜੇ ਦੀਪ ਸਿੱਧੂ ਜਾਂਦਾ, 2:45 ਜਾਂ 50 ਤੱਕ ਉੱਥੋਂ ਨਿਕਲ ਆਉਂਦਾ, ਨਾ ਮੇਰੇ ਅੱਗੇ ਕੋਈ ਵਾਇਲੈਂਸ ਹੁੰਦੀ ਆ, ਉੱਥੇ ਤਾਂ ਜਾਹੋ ਜਲਾਲ ਹੀ ਵੱਖਰਾ ਸੀ। ਫਿਰ ਉੱਥੋਂ ਨਿਕਲਦੇ ਕਿਉਂ, ਖੜੇ ਕਿਉਂ ਨਹੀਂ ਉੱਥੇ? ਦੱਸਦਾ ਮੈਂ ਤੁਹਾਨੂੰ, ਕਿਉਂਕਿ ਉਸ ਵੇਲੇ ਪਹਿਲੀ ਗੱਲ ਆਪਾਂ ਉਸ ਫੋਟੋ ਤੇ ਆਉਣੇ ਆ, ਜਿਹੜੀ ਫੋਟੋ ਖਿੱਚੀ ਗਈ ਨਾ
पिछे जिहड़ा ग्राउंड आ अज भी तुसीं लाल किले जाओ वह 2 बजे तो बाद फोटो खिंची गई है क्योंकि वह ग्राउंड दे बाहर तारां लगियां होईयां ते जिहड़ा गेट आ उहदे उत्ते भी तारां उह बंद आ जावां ਜਦੋਂ ਤੁਸੀਂ ਉਸ ਗਰਾਊਂਡ ਨੂੰ ਬੈਕਡ੍ਰੌਪ 'ਚ ਲੈ ਕੇ ਖੜੋਂਗੇ ਤਾਂ ਉੱਥੇ ਤਾਂ ਅੰਦਰ ਤਾਂ ਕੋਈ ਵੀ ਨਹੀਂ ਸੀ ਉੱਥੇ ਤਾਂ ਜਿੰਨਾਂ ਦੇ ਰਹੇ ਆ ਜਿੰਨੇ ਬੰਦੇ ਸਾਡੇ ਰਹੇ ਆ ਮੇਰੇ ਲਾਈਫ 'ਚ ਦੇਖ ਲਓ ਤੁਸੀਂ ਦੇਖੋਗੇ ਤਾਂ ਤੁਹਾਨੂੰ ਗਰਾਊਂਡ ਵੀ ਦਿਖ ਜੂਗਾ ਉਹ ਗਰਾਊਂਡ 'ਚ ਉਦੋਂ ਵੀ ਕੋਈ ਨਹੀਂ ਸੀ ਤੇ ਐਂ ਲੱਗਦਾ ਵੀ ਪਿੱਛੇ ਕੋਈ ਨਹੀਂ ਪੁਲਿਸ ਵਾਲੇ ਤਾਂ ਉੱਥੇ ਪੁਲਿਸ ਵਾਲਿਆਂ ਦਾ ਕੈਂਪ ਆ ਇੱਕ ਹੁਣ ਉਹਨੂੰ ਪ੍ਰੈਜ਼ੈਂਟ ਦੇਖੋ ਕਿਵੇਂ ਗੱਲ ਕੀਤੀ ਗਈ ਵੀ ਇਹ ਤਾਂ 9 ਵਜੇ ਹੀ ਪਹੁੰਚ ਗਿਆ ਸੀ ਜੇ ਦੀਪ ਸਿੱਧੂ 9 ਵਜੇ ਪਹੁੰਚਦਾ ਜਾਂ ਉਹਦਾ ਕੋਈ ਪਲਾਨ ਹੁੰਦਾ ਪਹਿਲੀ ਗੱਲ ਤਾਂ ਇਹ ਉਹ ਫਿਰ ਐਂ ਫੋਟੋਆਂ ਥੋੜੀ ਖਿੱਚਦਾ ਸੀ ਤੇ ਫੋਟੋਆਂ ਥੋੜੀ ਉਹ ਸ਼ੰਭੂ ਮੋਰਚੇ ਦੇ ਪੇਜਾਂ ਤੇ ਪੈਂਦੀਆਂ ਸੀ ਹਨਾ ਉਹ ਤਾਂ ਫਿਰ ਲੁਕਵੀਆਂ ਗੱਲਾਂ ਹੁੰਦੀਆਂ ਨਾ ਇਹ ਤਾਂ ਪਰਗਟ ਰੂਪ ਚ ਗੱਲਾਂ ਹੋ ਰਹੀਆਂ ਫਿਰ ਲਾਈਵ ਕਿਉਂ ਹੋਏ ਤੁਸੀਂ ਉੱਥੇ ਜਾ ਕੇ ਬਾਈ ਲਾਈਵ ਉਸ ਲਾਈਵ ਤੋਂ ਬਾਅਦ ਹੀ ਪਤਾ ਲੱਗਿਆ ਕਿ ਦੀਪ ਸਿੱਧੂ ਵੀ ਉੱਥੇ ਹੈ ਹਾਂ ਉਹ ਲਾਈਵ ਇੱਕ ਮਿੰਟ ਮੇਰੀ ਗੱਲ ਸੁਣੋ ਐਡਾ ਇਤਿਹਾਸਿਕ ਪਲ ਸਰਕਾਰਾਂ ਦੀ ਆਪਾਂ ਲਿਟਰਲੀ ਹਿੱਕ ਤੇ ਖੜ ਕੇ ਸਿੰਬੋਲਿਕਲੀ ਪੀਸਫੁਲੀ ਆਪਦਾ ਪ੍ਰੋਟੈਸਟ ਦਰਜ ਕਰਾਉਣੇ ਆ ਅੱਛਾ ਉੱਥੇ ਪੁਲਿਸ ਵਾਲੇ ਵੀ ਖੜੇ ਆ ਤੁਸੀਂ ਇਹ ਦੇਖੋ ਕਮਾਲ ਦੀ ਗੱਲ ਕਿਸੇ ਪੁਲਿਸ ਵਾਲੇ ਨੇ ਸਾਨੂੰ ਜਮਾਂ ਕੁਛ ਨਹੀਂ ਕਿਹਾ ਇਨਫੈਕਟ ਸਾਨੂੰ ਕਹਿ ਰਹੇ ਆ ਯਾਰ ਤੁਸੀਂ ਵੀ ਆਪਦਾ ਜੋ ਕੰਮ ਕਰਨਾ ਕਰ ਲਓ ਸਾਨੂੰ ਅਸੀਂ ਵੀ ਕਿਸਾਨ ਦੇ ਪੁੱਤ ਆ ਇਹ ਉਹਨਾਂ ਦੇ ਲਫ਼ਜ਼ ਸੀ ਅਸੀਂ ਵੀ ਕਿਸਾਨ ਦੇ ਪੁੱਤ ਆ ਹੁਣ ਉਦੋਂ